ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਫਿਰ ਤੋਂ ਬਹੁਤ ਹੀ ਸੋਹਣੇ ਹੈਂਡ ਪੇਂਟਡ ਸੂਟ ਤੁਹਾਡੇ ਲਈ ਲੈ ਕੇ ਆਏ ਹਾਂ। ਫਸਟ ਸੂਟ ਹੈ ਜੀ ਆਪਣਾ ਬਲੂ ਕਲਰ 'ਤੇ ਬਣਿਆ ਹੋਇਆ, ਬਿਲਕੁਲ ਲਾਈਟ ਬਲੂ ਕਲਰ 'ਤੇ ਦੋ ਡਕਸ ਆਪਾਂ ਬਣਾਈਆਂ ਘੇਰੇ 'ਤੇ। ਬਹੁਤ ਹੀ ਪਿਆਰਾ ਡਿਜ਼ਾਈਨ ਇਸਦਾ ਬਣਿਆ। ਦੁਪੱਟਾ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ, ਦੁਪੱਟਾ ਵੀ ਬਹੁਤ ਹੀ ਜ਼ਿਆਦਾ ਪਿਆਰਾ ਬਣਿਆ ਹੋਇਆ। ਦੋ ਡਕਸ ਬਿਲਕੁਲ ਸੈਂਟਰ ਦੇ ਵਿੱਚ ਆ ਜਾਣਗੀਆਂ, ਜਿਸ ਜਗ੍ਹਾ ਤੋਂ ਆਪਾਂ ਦੁਪੱਟਾ ਕੈਰੀ ਕਰਦੇ ਹਾਂ ਬਿਲਕੁਲ ਗਲੇ ਦੇ ਉੱਪਰ ਆ ਜਾਣਗੀਆਂ ਇਹ। ਐਂਡ ਬਾਕੀ ਦੁਪੱਟੇ ਦੇ ਵਿੱਚ ਛੋਟੇ ਛੋਟੇ ਫਲਾਵਰਸ ਬਣੇ ਹੋਏ ਆ। ਪ੍ਰਾਈਸ ਆ ਜਾਏਗਾ ਜੀ ਇਹਦਾ 2250 ਰੁਪਇਆ ਵਿਦਆਊਟ ਜੁੱਤੀ। ਇਹਦੇ ਨਾਲ ਆਪਾਂ ਜੁੱਤੀ ਵੀ ਬਣਾਈ ਆ, ਬਹੁਤ ਹੀ ਜ਼ਿਆਦਾ ਪਿਆਰੀ ਜੁੱਤੀ ਬਣੀ ਹੈ। ਵਿਦ ਜੁੱਤੀ ਪ੍ਰਾਈਜ ਆ ਜਾਏਗਾ ਜੀ 3250 ਰੁਪਇਆ। ਜੁੱਤੀ ਕਿਸੇ ਵੀ ਸਾਈਜ਼ 'ਚ ਤੁਸੀਂ ਬਣਵਾ ਸਕਦੇ ਹੋ, ਕਿਸੇ ਵੀ ਕਲਰ ਦੇ ਵਿੱਚ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ। ਨੈਕਸਟ ਸੂਟ ਹੈ ਜੀ ਆਪਣਾ, ਬਹੁਤ ਹੀ ਪਿਆਰਾ ਸੂਟ, ਪੀਚ ਕਲਰ 'ਤੇ ਬਣਿਆ ਹੋਇਆ, ਪਿੰਕ ਦੇ ਨਾਲ ਇਸਨੂੰ ਪੇਂਟ ਕੀਤਾ ਹੋਇਆ, ਫਲਾਵਰਸ ਬਣਾਏ ਹੋਏ ਆ। ਬਹੁਤ ਹੀ ਪਿਆਰਾ ਡਿਜ਼ਾਈਨ ਇਹ ਬਣਿਆ ਹੋਇਆ। ਦੁਪੱਟਾ ਮੈਂ ਤੁਹਾਨੂੰ ਇਹਦੇ ਨਾਲ ਵੀ ਦਿਖਾ ਦਿੰਦੀ ਹਾਂ। ਦੁਪੱਟੇ ਦਾ ਡਿਜ਼ਾਈਨ ਇਹਦਾ ਥੋੜ੍ਹਾ ਜਿਹਾ ਡਿਫਰੈਂਟ ਹੈ। ਓਪੋਜ਼ਿਟ ਕੋਰਨਰ 'ਤੇ ਇਹਦੇ ਵਰਕ ਆ ਜਾਏਗਾ ਜੀ। ਇੱਕ ਕੋਰਨਰ ਦੇ ਉੱਪਰ ਬਣੇ ਹੋਏ ਆ ਫਲਾਵਰਸ ਕਾਫੀ ਸਾਰੇ, ਐਂਡ ਦੂਸਰੇ ਸਾਈਡ 'ਤੇ ਵੀ ਕਾਫੀ ਵੱਡਾ ਬੰਚ ਜਿਹੜਾ ਫਲਾਵਰਸ ਦਾ ਬਣਿਆ ਹੋਇਆ। ਐਂਡ ਜਿਹੜੀਆਂ ਦੂਜੀਆਂ ਦੋ ਓਪੋਜ਼ਿਟ ਸਾਈਡਸ ਹੈ ਉਹਨਾਂ 'ਤੇ ਇੱਕ ਇੱਕ ਫਲਾਵਰ ਬਣਿਆ ਹੋਇਆ। ਇਹਦੇ ਨਾਲ ਵੀ ਆਪਾਂ ਮੈਚਿੰਗ ਜੁੱਤੀ ਬਣਾਈ ਹੈ ਜੀ, ਬਹੁਤ ਹੀ ਪਿਆਰੀ ਲੁੱਕ ਇਹ ਸੂਟ ਦੀ ਆ ਰਹੀ ਹੈ। ਬਹੁਤ ਹੀ ਸੋਹਣਾ ਜੁੱਤੀ ਨਾਲ ਇਹ ਬਣਿਆ। ਇੱਦਾਂ ਦੇ ਆਪਾਂ ਪਹਿਲਾਂ ਵੀ ਕਾਫੀ ਸੂਟ ਬਣਾ ਚੁੱਕੇ ਹਾਂ। ਇਹਦੀ ਰੇਂਜ ਵੀ 3250 ਰੁਪਏ ਆ ਜਾਏਗੀ ਜੀ। ਨੈਕਸਟ ਸੂਟ ਆਪਣਾ ਲਵੈਂਡਰ ਕਲਰ 'ਤੇ ਬਣਿਆ ਹੋਇਆ। ਲਵੈਂਡਰ ਕਲਰ ਦਾ ਕਾਫੀ ਟਰੈਂਡ ਚੱਲ ਰਿਹਾ। ਘੇਰੇ 'ਤੇ ਜੀ ਦੋ ਸਪੈਰੋਸ ਆ ਜਾਣਗੀਆਂ ਅਤੇ ਇੱਕ ਬੰਚ ਬਣਾਇਆ ਹੋਇਆ ਫਲਾਵਰਸ ਨਾਲ, ਬਹੁਤ ਹੀ ਪਿਆਰਾ ਸੂਟ ਬਣਿਆ। ਐਂਡ ਉੱਪਰ ਛੋਟੇ ਛੋਟੇ ਫਲਾਵਰਸ ਬਣਾਏ ਹੋਏ ਆ। ਦੁਪੱਟਾ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ। ਦੁਪੱਟੇ ਦੇ ਵਿੱਚ ਆਪਾਂ ਜਿਹੜਾ ਘੇਰੇ 'ਤੇ ਬੰਚ ਬਣਿਆ ਹੋਇਆ ਉਹ 6 ਕੁੱਲ ਬੰਚ ਬਣਾਏ ਆਪਾਂ ਦੋਨੋਂ ਘੇਰਿਆਂ ਪੱਲਿਆਂ 'ਤੇ ਦੁਪੱਟੇ ਦੇ। ਐਂਡ ਜਿਸ ਜਗ੍ਹਾ ਤੋਂ ਆਪਾਂ ਦੁਪੱਟਾ ਕੈਰੀ ਕਰਦੇ ਹਾਂ ਬਿਲਕੁਲ ਸੈਂਟਰ 'ਚ, ਬਹੁਤ ਹੀ ਜ਼ਿਆਦਾ ਪਿਆਰਾ ਦੁਪੱਟਾ ਬਣਿਆ। ਇਹਦੇ ਨਾਲ ਵੀ ਆਪਾਂ ਮੈਚਿੰਗ ਜੁੱਤੀ ਬਣਾਈ ਹੈ। ਦੇਖੋ ਕਿੰਨੀ ਜ਼ਿਆਦਾ ਪਿਆਰੀ ਜੁੱਤੀ ਬਣੀ ਹੈ। ਵਿਦ ਜੁੱਤੀ ਇਹਦਾ ਪ੍ਰਾਈਸ ਆ ਜਾਏਗਾ ਜੀ 3250 ਰੁਪਇਆ। ਜੇ ਤੁਸੀਂ ਔਡਰ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਉੱਪਰ ਮੇਰਾ ਵਟਸਐਪ ਨੰਬਰ ਮੈਨਸ਼ਨ ਹੈ, ਤੁਸੀਂ ਔਡਰ ਕਰ ਸਕਦੇ ਹੋ। ਬਹੁਤ ਹੀ ਪਿਆਰੇ ਇਹ ਸੂਟ ਬਣ ਕੇ ਰੈਡੀ ਹੋਏ ਆ। ਇਹ ਸਾਰੇ ਸੂਟਸ ਜਿਹੜੇ ਹੈਗੇ ਆ ਇਹ ਔਡਰ 'ਤੇ ਹੀ ਰੈਡੀ ਹੋਏ ਆ, ਸਾਰੇ ਸੋਲਡ ਹੈ। ਪਰ ਤੁਸੀਂ ਕਿਸੇ ਵੀ ਕਲਰ 'ਤੇ ਕੋਈ ਵੀ ਡਿਜ਼ਾਈਨ ਬਣਵਾ ਸਕਦੇ ਹੋ, ਹਰ ਡਿਜ਼ਾਈਨ ਦੇ ਨਾਲ ਜੁੱਤੀ ਵੀ ਸੇਮ ਬਣ ਜਾਏਗੀ। ਨੈਕਸਟ ਸੂਟ ਹੈ ਜੀ ਆਪਣਾ ਯੈਲੋ ਕਲਰ 'ਤੇ ਬਣਿਆ ਹੋਇਆ। ਇਸ 'ਤੇ ਵੀ ਸਪੈਰੋਸ ਬਣਾਈਆਂ ਹੋਈਆਂ, ਪਰ ਇਹ ਡਿਫਰੈਂਟ ਤਰ੍ਹਾਂ ਦਾ ਡਿਜ਼ਾਈਨ ਆ, ਬਹੁਤ ਹੀ ਪਿਆਰਾ ਡਿਜ਼ਾਈਨ ਇਹ ਬਣਿਆ ਯੈਲੋ ਕਲਰ 'ਤੇ। ਦੁਪੱਟਾ ਇਹਦਾ ਜੀ ਕਾਫੀ ਹੈਵੀ ਆ ਜਾਏਗਾ, ਦੋਨੋਂ ਸਾਈਡ 'ਤੇ ਦੁਪੱਟੇ 'ਤੇ ਚਾਰ ਚਾਰ ਸਪੈਰੋਸ ਬਣੀਆਂ ਹੋਈਆਂ। ਐਂਡ ਪੂਰੇ ਪੱਲੇ ਕਵਰ ਕੀਤੇ ਹੋਏ ਆ ਦੁਪੱਟੇ ਦੇ, ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ। ਪਿਓਰ ਔਰਗੈਂਜ਼ਾ ਦਾ ਇਹ ਦੁਪੱਟਾ, ਜੋਰਜਟ ਦਾ ਸੂਟ, 2250 ਰੁਪਇਆ ਇਹਦੀ ਰੇਂਜ ਹੈ ਜੀ। ਬਹੁਤ ਹੀ ਪਿਆਰਾ ਸੂਟ ਬਣਿਆ ਹੋਇਆ। ਇਹਦੇ ਨਾਲ ਤਾਂ ਆਪਾਂ ਦੋ ਸੂਟ ਔਡਰ ਤਿਆਰ ਕੀਤੇ ਆ, ਬਿਲਕੁਲ ਸੇਮ ਸੂਟਸ ਦੇ ਔਡਰ ਸੀ, ਦੋ ਸੂਟ ਇਹਦੇ ਬਣਾਏ ਆ, ਕਾਫੀ ਪਿਆਰੇ ਬਣੇ ਹੋਏ ਆ। ਨੈਕਸਟ ਸੂਟ ਹੈ ਜੀ ਆਪਣਾ, ਇੱਕ ਨਿਊ ਡਿਜ਼ਾਈਨ ਬਣਾਇਆ ਆਪਾਂ, ਪੀਚ ਕਲਰ ਦਾ ਇਹ ਜੋਰਜਟ ਦਾ ਸੂਟ ਹੈ, ਬਹੁਤ ਹੀ ਪਿਆਰਾ ਬਣਿਆ। ਘੇਰੇ 'ਤੇ ਡਿਜ਼ਾਈਨ ਹੈ ਇੱਕ, ਆਪਾਂ ਬਹੁਤ ਹੀ ਪਿਆਰਾ ਡੀਅਰ ਇਸ 'ਤੇ ਬਣਾਇਆ ਹੋਇਆ, ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਪਿਆਰਾ ਬਣਿਆ। ਉੱਪਰ ਛੋਟੇ ਛੋਟੇ ਫਲਾਵਰਸ ਆ ਜਾਣਗੇ, ਬਹੁਤ ਹੀ ਸੋਹਣੇ। ਦੁਪੱਟਾ ਵੀ ਇਹਦਾ ਕਾਫੀ ਹੈਵੀ ਬਣਿਆ ਹੋਇਆ, ਪੱਲਿਆਂ 'ਤੇ ਵਰਕ ਹੈ, ਦੋਨੋਂ ਸਾਈਡ 'ਤੇ ਦੋ ਡੀਅਰ ਐਂਡ ਫਲਾਵਰਸ ਆ ਜਾਣਗੇ। ਇਹ ਸਾਰੇ ਸੂਟ ਤੁਸੀਂ ਕੋਟਨ ਦੇ ਸਟੱਫ 'ਤੇ ਵੀ ਰੈਡੀ ਕਰਵਾ ਸਕਦੇ ਹੋ, ਸਿਲਕ 'ਤੇ ਵੀ ਕਰਵਾ ਸਕਦੇ ਹੋ, ਪਰ ਕੋਟਨ ਅਤੇ ਸਿਲਕ ਦਾ ਪ੍ਰਾਈਜ਼ ਹੈ ਜਿਹੜਾ ਉਹ ਡਿਫਰੈਂਟ ਰਹੇਗਾ। ਇਹ ਵੀ ਆਪਾਂ ਦੋ ਸੂਟ ਬਣਾਏ ਆ, ਬਹੁਤ ਹੀ ਜ਼ਿਆਦਾ ਪਿਆਰੇ ਸੂਟ ਬਣੇ ਆ। ਅਗਰ ਤੁਹਾਨੂੰ ਮੇਰੇ ਡਿਜ਼ਾਈਨਸ ਪਸੰਦ ਆ ਰਹੇ ਆ ਤਾਂ ਤੁਸੀਂ ਪਰਚੇਜ਼ ਕਰ ਸਕਦੇ ਹੋ, ਵਟਸਐਪ ਨੰਬਰ ਮੇਰਾ ਵੀਡੀਓ ਦੇ ਉੱਪਰ ਮੈਨਸ਼ਨ ਹੈ। ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਐਂਡ ਲਾਈਕ ਕਰੋ। ਥੈਂਕ ਯੂ।